ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਆ ਜੀ ਵੈਲਕਮ ਟੂ ਸਰੀ ਇਮੀਗ੍ਰੇਸ਼ਨ YouTube ਚੈਨਲ ਦੋਸਤੋ ਹਰ ਹਫ਼ਤੇ ਦੇ ਤਰੀਕੇ ਨਾਲ ਹਫ਼ਤੇ ਵੀ ਲੈ ਕੇ ਆਇਆ ਇੱਕ ਨਵੀਂ ਵੀਡੀਓ ਦੋਸਤੋ ਨਵੇਂ ਟੌਪਿਕ ਤੇ ਸੋ ਦੋਸਤੋ ਸਾਨੂੰ ਨਾ ਪਿਛਲੇ ਕੁਝ ਮਹੀਨਿਆਂ ਤੋਂ ਬੜੇ ਕਮੈਂਟ ਆ ਰਹੇ ਸੀਗੇ ਸਾਨੂੰ ਲੋਕ ਕਹਿ ਰਹੇ ਸੀਗੇ ਵੀ ਤੁਸੀਂ ਬਈ ਇੰਨੀ ਮਸ਼ਹੂਰੀ ਕਰਦੇ ਹੋ ਲੋਕਾਂ ਦੇ ਇੰਨੇ ਵੀਜ਼ੇ ਲਵਾਉਂਦੇ ਹੋ ਵੀ ਕਿਉਂ ਤੁਸੀਂ ਪੰਜਾਬ ਨੂੰ ਖਾਲੀ ਕਰਨ ਲੱਗੇ ਹੋ ਔ ਵੀ ਪੰਜਾਬ ਨੂੰ ਛੱਡ ਦੋ ਪੰਜਾਬ ਦੇ ਵਿੱਚ ਬਹੁਤ ਕੰਮ ਆ ਤੇ ਪੰਜਾਬ ਦੇ ਵਿੱਚ ਬੱਲੇ ਬੱਲੇ ਪੰਜਾਬ ਦੇ ਵਿੱਚ ਇਹ ਨਹੀਂ ਹੈਗਾ ਪੰਜਾਬ ਚ ਹੋਰ ਨਹੀਂ ਹੈਗਾ ਪੰਜਾਬ ਨੂੰ ਸਾਰਾ ਕੁਝ ਠੀਕ ਆ ਬਹੁਤ ਵਧੀਆ ਸੋ ਦੋਸਤੋ ਆਪਾਂ ਇਹਦੇ ਬਾਰੇ ਹੀ ਅੱਜ ਵੀਡੀਓ ਦੇ ਵਿੱਚ ਗੱਲ ਕਰਨੀ ਆ ਇਹ ਮੇਰੇ ਆਪਣੇ ਖਿਆਲ ਨੇ ਤੇ ਕੋਸ਼ੇ ਦੇ ਵਿੱਚ ਫੈਕਟਸ ਵੀ ਹੈਗੇ ਨੇ ਜਿਨ੍ਹਾਂ ਦਾ ਤੁਸੀਂ ਸਭ ਜਾਣੂ ਹੋ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਓ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਮੇਰੇ ਆਈਡੀਆਜ਼ ਨਾਲ ਜਾਂ ਮੇਰੀ ਸੁਜੈਸ਼ਨਸ ਨਾਲ ਐਗਰੀ ਕਰਦੇ ਹੋ ਪਰ ਤੁਹਾਡੇ ਜੋ ਵੀ ਵਿਚਾਰ ਹੋਣ ਕਮੈਂਟ ਕਰਕੇ ਜਰੂਰ ਦੱਸਿਓ ਸੋ ਦੋਸਤੋ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਆ ਜੀ ਦੇਖੋ ਪੰਜਾਬ ਵਰਗੀ ਜਿਹੜੀ ਧਰਤੀ ਹੈਗੀ ਆ ਨਾ ਉਹਦੇ ਵਰਗਾ ਵਾਤਾਵਰਨ ਨਾ ਉਥੇ ਦਾ एनवायरनमेंट ਨਹੀਂ ਉੱਥੇ ਦੇ ਲੋਕ ਨਹੀਂ ਉੱਥੇ ਦਾ ਸੁਭਾਅ ਇਹ ਕਿਤੇ ਤੁਹਾਨੂੰ ਦੁਨੀਆ ਦੇ ਵਿੱਚ ਕਿਤੇ ਨਹੀਂ ਮਿਲਣਾ ਦੋਸਤੋ ਪੰਜਾਬ ਦੀ ਜਿਹੜੀ ਧਰਤੀ ਹੈਗੀ ਉਹ ਹੈ ਹੀ ਅਜਿਹੀ ਧਰਤੀ ਜਿੱਥੇ ਦਾ ਜੰਮਿਆ ਹੀ ਕਹ ਲੋ ਵੀ ਇੱਕ ਤੁਹਾਡੇ ਲਈ ਸੋਨਾ ਕੀ ਮਤਲਬ ਕੋਈ ਹੈ ਜੀ ਸ਼ੈ ਨਹੀਂ ਹੈਗੀ ਜਿਹੜਾ ਉਹਦਾ ਮੁਕਾਬਲਾ ਕਰ ਸਕੀਏ ਜੇ ਤੁਸੀਂ ਪੰਜਾਬ ਦੇ ਵਿੱਚ ਜੰਮੇ ਹੋ ਦੋਸਤੋ ਇਹ ਇੱਕ ਤੁਹਾਡੇ ਵਾਸਤੇ ਬਹੁਤ ਵੱਡਾ ਵਰਦਾਨ ਆ ਪਰ ਆਪਣੇ ਪੰਜਾਬੀ ਖਾਸ ਕਰਕੇ ਸਿੱਖ ਜਿਹੜੇ ਹੈਗੇ ਨੇ ਉਹ ਕਿਉਂ ਛੱਡ ਰਹੇ ਨੇ ਪੰਜਾਬ ਨੂੰ ਮੇਨ ਮੁੱਦਾ ਇਹ ਹੈ ਪੰਜਾਬ ਦੇ ਵਿੱਚ ਹੁਣ ਕਈ ਸਾਨੂੰ ਕਹਿੰਦੇ ਨੇ ਵੀ ਪੰਜਾਬ ਦੇ ਵਿੱਚ ਸਾਰਾ ਕੁਝ ਹੈ ਜੀ ਕੰਮ ਵੀ ਹੈ ਜੀ ਕਾਰੋਬਾਰ ਵੀ ਹੈ ਜੀ ਜਿਹੜਾ ਬੰਦਾ ਇੱਥੇ ਨਹੀਂ ਕਰ ਸਕਦਾ ਬਾਹਰ ਕੀ ਕਰੂਗਾ ਸੋ ਦੋਸਤੋ ਡਸ ਨਾਟ ਮੈਟਰ ਵੀ ਤੁਸੀਂ ਇਹ ਨਹੀਂ ਮੈਟਰ ਕਰਦਾ ਵੀ ਤੁਸੀਂ ਕਿਹਜੇ ਬੰਦੇ ਹੋ ਮਾੜੇ ਹੋ ਮਿਹਨਤੀ ਘਾਟੋ ਮਿਹਨਤੀ ਵਾਦੋ ਜਦੋਂ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਆਉਂਦੇ ਹੋ ਦੋਸਤੋ ਇੱਥੇ ਤੁਹਾਡੀ ਮਿਹਨਤ ਘੱਟ ਕਰ ਲੋ ਵਧ ਕਰ ਲੋ ਜਿੰਨੀ ਕਰੋਗੇ ਉਹਦਾ ਮੁੱਲ ਪੈਂਦਾ ਪਹਿਲੀ ਗੱਲ ਤਾਂ ਇਹ ਆ ਦੂਜੀ ਗੱਲ ਹੈਗੀਏ ਦੋਸਤੋ ਤੁਹਾਨੂੰ ਬੋਲਣ ਦੀ ਆਜ਼ਾਦੀ ਆ ਤੁਹਾਨੂੰ ਖਾਣ ਪੀਣ ਦੀ ਆਜ਼ਾਦੀ ਆ ਉੱਠਣ ਬੈਠਣ ਦੀ ਆਜ਼ਾਦੀ ਆ ਤੁਹਾਨੂੰ ਕੋਈ ਰੋਕ ਟੋਕਦਾ ਨਹੀਂ ਪੰਜਾਬ ਦੇ ਵਿੱਚ ਦੋਸਤ ਤੁਸੀਂ ਜਾਣਦੇ ਹੋ ਕਿ ਵੀ ਚਾਹੇ ਉਹ ਸਰਕਾਰਾਂ ਹੋਣ ਚਾਹੇ ਆਪਣੀ ਹੁਣ ਮੌਜੂਦਾ ਜਿਹੜੀ ਸਰਕਾਰ ਆ ਇਹ ਵੀ ਬੜੀਆਂ ਆਸਾਂ ਜਿਹੀਆਂ ਲੋਕਾਂ ਨੂੰ ਇਹਨਾਂ ਤੋਂ ਵੀ ਸਾਡੇ ਲਈ ਪਤਾ ਨਹੀਂ ਕੀ ਕਰ ਦੂ ਇਹ ਤੇ ਲੋਕੀ ਦੁਖੀ ਸੀਗੇ ਪਰੇਸ਼ਾਨ ਸੀਗੇ ਉਹਨਾਂ ਨੇ ਬੜੀ ਮੈਜੋਰਟੀ ਨਾਲ ਵੀ ਜਿਤਾਇਆ ਇਹਨਾਂ ਨੂੰ ਦੋਸਤੋ ਤੁਹਾਨੂੰ ਹੁਣ ਪਤਾ ਹੀ ਆ ਵੀ ਰਿਜ਼ਲਟ ਕੀ ਆਇਆ ਆ ਤੇ ਇੰਨਾ ਜਿਆਦਾ ਮਤਲਬ ਕਿ ਕਰਜ਼ਾਈ ਪੰਜਾਬ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤਾ ਜਿਹਨਾਂ ਇਹਨੇ 1.5 ਸਾਲ ਦੇ ਵਿੱਚ ਕਰ ਦਿੱਤਾ ਨਾਲੇ ਦੂਜੀ ਗੱਲ ਆ ਦੋਸਤੋ ਉੱਥੇ ਦੀ ਪੁਲਿਸ ਵੀ ਤੁਸੀਂ ਜਾਣਦੇ ਹੋ ਵੀ ਜਿਹੜੇ ਲੋਕ ਇਹ ਕਹਿੰਦੇ ਨੇ ਵੀ ਸਾਡਾ ਤਾਂ ਵੀ ਇੱਥੇ ਬਹੁਤ ਵਧੀਆ ਜੀ ਮੈਂ ਤਾਂ ਰੇੜੀ ਲਾਈ ਸੀ ਰੇੜੀ ਨਾਲ ਹੀ ਬੱਲੇ ਬੱਲੇ ਹੋ ਗਈ ਤੁਹਾਡਾ ਰੇੜੀ ਦਾ ਹਜੇ ਕਿਤੇ ਪੁਲਿਸ ਨਾਲ ਵਾਹ ਨਹੀਂ ਪਿਆ ਦੋਸਤੋ ਜਿੱਦਾਂ ਤੁਹਾਡੀ ਰੇੜੀ ਦਾ ਵਾਹ ਪੁਲਿਸ ਨਾਲ ਪੈ ਗਿਆ ਦੋਸਤੋ ਉਦੋਂ ਤੁਹਾਨੂੰ ਨਾ ਤੁਹਾਡੀ ਰੇੜੀ ਲੱਭਣੀ ਆ ਹੋ ਸਕਦਾ ਨਾ ਹੀ ਤੁਸੀਂ ਲੱਭੋ ਇਹ ਦੋਸਤੋ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਗੱਲਾਂ ਹੈਗੀਆਂ ਫੈਕਟਸ ਨੇ ਸੱਚਾਈ ਆ ਜਿਹੜੇ ਉਸ ਰਾਹ ਦੇ ਵਿੱਚੋਂ ਨਿਕਲਦੇ ਨੇ ਤਾਂ ਹੀ ਤਾਂ ਵੱਡੇ ਤੋਂ ਵੱਡਾ ਬਿਜ਼ਨਸਮੈਨ ਸਾਨੂੰ ਪਤਾ ਸਾਡਾ ਕੰਮ ਆ ਦੋਸਤੋ ਇਮੀਗ੍ਰੇਸ਼ਨ ਦਾ ਸਾਡੇ ਕੋਲੇ ਲੁਧਿਆਣੇ ਦੇ ਵੱਡੇ ਵੱਡੇ ਬਿਜ਼ਨਸਮੈਨ ਵੀ ਆਉਂਦੇ ਨੇ ਜਿਹੜੇ ਕਿ ਹਾਲਾਂਕਿ ਆਪਣੇ ਪਿੰਡਾਂ ਦੇ ਲੋਕਾਂ ਨੂੰ ਸ਼ਾਇਦ ਨਾ ਪਤਾ ਹੋਵੇ ਤਗੜੇ ਤਗੜੇ ਕਾਰੋਬਾਰ ਕਰੋੜਾਂ ਦੇ ਟਰਨਓਵਰ ਹੋਵੇ ਜਿਨ੍ਹਾਂ ਦੀ ਸਾਲ ਦੀ ਉਹ ਵੀ ਲੁਧਿਆਣੇ ਨੂੰ ਪੰਜਾਬ ਨੂੰ ਛੱਡਣ ਨੂੰ ਫਿਰਦੇ ਨੇ ਉਹਨਾਂ ਦਾ ਮੇਨ ਕਾਰਨ ਇਹ ਹੈ ਕਿ ਅਸੀਂ ਸੇਫ ਨਹੀਂ ਹੈਗੇ ਚਾਹੇ ਉਹ ਪੋਲੀਟਿਸ਼ੀਅਨਸ ਹੋਣ ਸਰਕਾਰਾਂ ਹੋਣ ਚਾਹੇ ਪੁਲਿਸ ਹੋਵੇ ਸੋ ਦੋਸ ਬਾਹਰਲੇ ਮੁਲਕਾਂ ਦੇ ਵਿੱਚ ਜਦ ਤੁਸੀਂ ਆ ਜਾਂਦੇ ਹੋ ਮੈਂ ਕਹਿੰਦਾ ਹਰ ਇੱਕ ਪੰਜਾਬ ਦੇ ਘਰ ਦਾ ਇੱਕ ਬੱਚਾ ਜ਼ਰੂਰ ਬਾਹਰ ਹੋਣਾ ਚਾਹੀਦਾ ਉਹਦਾ ਕਾਰਨ ਇਹ ਹੈ ਵੀ ਇੱਥੇ ਜਾ ਤੁਸੀਂ ਹੋਰ ਨਿਊ ਇੱਕੜਾ ਚੰਗੀਆਂ ਕਮਾਈਆਂ ਕਰ ਲੈਣੇ ਹੋ ਨਾਲੇ ਜਦੋਂ ਤੁਸੀਂ ਆਪਣੀ ਮਾਂ ਜਿਹੜੀ ਕੱਲ ਵੀ ਮਾਂ ਧਰਤੀ ਆ ਤੁਹਾਡੀ ਉਹ ਤੋਂ ਜ਼ਿਆਦਾ ਤੁਸੀਂ ਦੂਰ ਜਾਂਦੇ ਹੋ ਤੁਹਾਡਾ ਉਹਦਾ ਨਾ ਮੋਹ ਵੀ ਵੱਧਦਾ ਤੇ ਨਾਲੇ ਤੁਹਾਨੂੰ ਫਿਰ ਡਿਫਰੈਂਸ ਦਾ ਪਤਾ ਲੱਗਦਾ ਤੁਹਾਨੂੰ ਪਤਾ ਲੱਗਦਾ ਵੀ ਹਾਂਜੀ ਵੀ ਪਿੱਛੇ ਸਾਡੇ ਕੋਲ ਕੀ ਨਹੀਂ ਹੈਗਾ ਇੱਥੇ ਸਾਨੂੰ ਕੀ ਮਿਲ ਰਿਹਾ ਕਿਹੜੀਆਂ ਸਹੂਲਤਾਂ ਸਾਨੂੰ ਇੱਥੇ ਮਿਲ ਰਹੀਆਂ ਨੇ ਵੀ ਅਸੀਂ ਕੀ ਕੀ ਪੰਜਾਬ ਲਈ ਚੰਗਾ ਕਰ ਸਕਦੇ ਹਾਂ ਕੀ ਵੱਡਾ ਕੀ ਵਧੀਆ ਉਹਦੇ ਲਈ ਕਰ ਸਕਦੇ ਆ ਸੋ ਦੋਸਤੋ ਇਹ ਵੀ ਸਭ ਤੋਂ ਵੱਡਾ ਜਿਹੜਾ ਇੱਕ ਹੈਗਾ ਬੈਨੀਫਿਟ ਹੈਗਾ ਸੋ ਹੁਣ ਅਸੀਂ ਕਿਉਂ ਕਹਿੰਦੇ ਆ ਵੀ ਹਰ ਇੱਕ ਪੰਜਾਬ ਦੇ ਘਰ ਦਾ ਇੱਕ ਬੱਚਾ ਬਾਹਰ ਹੋਵੇ ਕਿਉਂਕਿ ਦੋਸਤੋ ਫਾਈਨੈਂਸ਼ਲੀ ਜਿਹੜੀ ਪ੍ਰੋਬਲਮ ਆ ਪੰਜਾਬ ਦੇ ਵਿੱਚ ਨੰਬਰ 1 ਆ ਤੇ ਪਲਾਸੇ ਜਿਹੜੇ ਬੱਚੇ ਆਪਣੇ ਬਾਹਰ ਆ ਰਹੇ ਨੇ ਇੱਕ ਤਾਂ ਉਹ ਚੰਗਾ ਪੈਸਾ ਵੀ ਕਮਾ ਰਹੇ ਨੇ ਤੇ ਪਲਸ ਦੋਸਤੋ ਉਹ ਆਪਣੀ ਸਿੱਖੀ ਨਾਲ ਵੀ ਜੁੜ ਰਹੇ ਨੇ ਪੰਜਾਬ ਦੇ ਨਾਲ ਵੀ ਜੁੜ ਰਹੇ ਨੇ ਸੋ ਐ ਨਹੀਂ ਹੈਗਾ ਵੀ ਪੰਜਾਬ ਦੇ ਵਿੱਚੋਂ ਜਿੰਨਾ ਮਰਜੀ ਪੰਜਾਬੀ ਤੁਸੀਂ ਬਾਹਰ ਕੱਢ ਦੋ ਪੰਜਾਬੀ ਭਾਵੇਂ ਜਿੰਨਾ ਮਰਜੀ ਬਾਹਰਲੇ ਮੁਲਕਾਂ ਜਾ ਕੇ ਵਸ ਜਵੇ ਦੋਸਤੋ ਪਰ ਤੁਸੀਂ ਜਿਹੜਾ ਹੈਗਾ ਵੀ ਇਹਦੇ ਦਿਲ ਦੇ ਵਿੱਚੋਂ ਤੁਸੀਂ ਪੰਜਾਬ ਨਹੀਂ ਕੱਢ ਸਕਦੇ ਤਾਂ ਸਦਾ ਹੀ ਪੰਜਾਬ ਜਿਹੜਾ ਹੈਗਾ ਪੰਜਾਬੀ ਦੇ ਮਨ ਦੇ ਵਿੱਚ ਰਹਿਣਾ ਮਰ ਦੇ ਦਿਨ ਤੱਕ ਰਹਿਣਾ ਦੋਸਤੋ ਤੇ ਜਦੋਂ-ਜਦੋਂ ਵੀ ਪੰਜਾਬ ਨੂੰ ਕਿਹ ਲੋਡ ਪੈਂਦੀ ਹੈ ਪੰਜਾਬੀ ਮੁਰਗੜ ਜਾਂਦੇ ਨੇ ਹਰ ਇੱਕ ਚੀਜ਼ ਦੇ ਵਿੱਚ ਹਰ ਇੱਕ ਮੂਮੈਂਟ ਦੇ ਵਿੱਚ ਹਰ ਇੱਕ ਮਹਿੰਮ ਦੇ ਵਿੱਚ ਇਹ ਆਪਣਾ ਹਿੱਸਾ ਵੀ ਪਾਉਂਦ ਨੇ ਚਾਹੇ ਉਹ ਕਿਸਾਨ ਮੋਰਚਾ ਹੋਵੇ 1984 ਹੋਵੇ ਚਾਹੇ ਚਾਹੇ ਹੁਣ ਮੌਜੂਦਾ ਦੇ ਹਾਲਾਤ ਜਿਹੜੇ ਮਰਜ਼ੀ ਹੋਣ ਦੋਸਤੋ ਹਮੇਸ਼ਾ ਇਹਨਾਂ ਨੇ ਹਿੱਸਾ ਜਿਹੜਾ ਆਪਣਾ ਹੈਗਾ ਪਾਇਆ ਦੋਸਤੋ ਸੋ ਦੋਸਤੋ ਗੱਲ ਇਹ ਨਹੀਂ ਹੈਗੀ ਵੀ ਤੁਸੀਂ ਬਾਹਰ ਜਾ ਰਹੇ ਉਹਨੂੰ 네ਗੇਟਿਵ ਨਾ ਲੋ 네ਗੇਟਿਵ ਤਾਂ ਇਹ ਚੀਜ਼ ਤਾਂ ਹੁੰਦੀ ਹੈ ਵੀ ਜੇ ਤੁਸੀਂ ਪੰਜਾਬ ਨੂੰ ਛੱਡ ਕੇ ਚੱਲ ਗਏ ਤੇ ਮੁੜ ਕੇ ਉਹਦਾ ਹਾਲਚਾਲ ਹੀ ਨਾ ਪੁੱਛੋ ਪਰ ਮੇਰੇ ਹਿਸਾਬ ਨਾਲ 100 ਦੇ ਵਿੱਚੋਂ 95 ਇਹ ਜਿਹੇ ਪੰਜਾਬੀ ਨੇ ਜਿਹੜੇ ਬਾਹਰ ਆ ਜਾਂਦੇ ਨੇ ਦੋਸਤੋ ਪਰ ਉਹਦਾ ਨਾ ਦਿਲ ਹੈਗਾ ਟੜਕਦਾ ਰਹਿੰਦਾ ਹਮੇਸ਼ਾ ਪੰਜਾਬ ਵਾਸਤੇ ਸੋ ਜਿਹੜਾ ਪ੍ਰਵਾਸ ਹੈਗਾ ਇਹ ਇੱਕ ਚੰਗੀ ਚੰਗੀ ਹੀ ਚੀਜ਼ ਲੈ ਕੇ ਪੰਜਾਬ ਦੇ ਵਿੱਚ ਆ ਰਿਹਾ ਦੋਸਤੋ ਤੇ ਫਿਊਚਰ ਦੇ ਵਿੱਚ ਵੀ ਇਹਦੇ ਜਿਹੜੇ ਫਾਇਦੇ ਹੈਗੇ ਨੇ ਆਪਾਂ ਨੂੰ ਬਾਅਦ ਚ ਪਤਾ ਲੱਗਣਗੇ ਜੜੋਂ ਦਾੜਿਆਂ ਵਾਲੇ ਤੇ ਦਮਾਲਿਆਂ ਵਾਲੀ ਜਿਹੜੇ ਆਪਣੇ ਮੁੰਡੇ ਮੋਨੇ ਕੋਨੇ ਹੁਣ ਪੰਜਾਬ ਛੱਡ ਕੇ ਜਾ ਰਹੇ ਨੇ ਤੇ ਦਾੜੇ ਤੇ ਦਮਾਲੇ ਲੈ ਕੇ ਮੁੜਨਗੇ ਦੋਸਤੋ ਤੇ ਪਲੱਸ ਉਹਨਾਂ ਦੀ ਜੇਬ 'ਚ ਰੁਪਈਆ ਵੀ ਹੋਊਗਾ ਤੇ ਹੌਸਲਾ ਵੀ ਹੋਊਗਾ ਤੇ ਜੋਰ ਵੀ ਹੋਊਗਾ ਤੇ ਜੋਸ਼ ਵੀ ਹੋਊਗਾ ਦੋਸਤੋ ਜਿਹੜਾ ਕਿ ਤੁਹਾਨੂੰ ਪੰਜਾਬ ਰਹਿੰਦੇ ਹੋਏ ਮੇਰੇ ਹਿਸਾਬ ਨਾਲ ਨਹੀਂ ਮਿਲ ਸਕਦਾ ਕਿਉਂਕਿ ਜਦੋਂ ਜਿੱਥੇ ਵੀ ਤੁਹਾਡੇ ਕੋਲ ਪੈਸਾ ਆ ਗਿਆ ਉਸੇ ਵਾਲੇ ਕੋਲ ਵੀ ਪੈਸਾ ਆਇਆ ਸੀ ਦੋਸਤੋ ਉਹਦੇ ਵੈਰੀ ਬਣ ਗਏ ਜਿਹਦੇ ਕੋਲ ਕੋਈ ਮਸ਼ਹੂਰੀ ਆਊਗੀ ਉਹਦੇ ਵੀ ਵੈਰੀ ਬਣਨਗੇ ਸੋ ਦੋਸਤੋ ਚੰਗੀ ਸਿਹਤ ਲੈ ਕੇ ਆਉਂਗੇ ਥੋੜੇ ਸਿਰ ਤੇ ਜੂੜਾ ਆ ਗਿਆ ਦਾੜਾ ਆ ਗਿਆ ਦੋਸਤੋ ਫਿਰ ਵੀ ਤੁਹਾਡੇ ਵੈਰੀ ਬਣਨਗੇ ਇਹ ਜਿਹੜੇ ਹਾਲਾਤ ਹੈਗੇ ਨੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਜ਼ਰੂਰੀ ਨਹੀਂ ਹੈਗਾ ਵੀ ਅੱਜ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੀ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਅੱਗੇ ਪਿਛਲੇ ਸਾਲਾਂ ਦੇ ਵਿੱਚ ਪਿਛਲੇ ਦਹਾਕਿਆਂ ਦੇ ਵਿੱਚ ਕਿੰਨੇ ਘਰ ਸੜੇ ਨੇ ਤੇ ਹੁਣ ਵੀ ਸੜ ਰਹੇ ਨੇ ਚਾਹੇ ਹੁਣ ਜੀ ਮੌਜੂਦਾ ਸਰਕਾਰ ਹੈਗੀਏ ਦੋਸਤੋ ਉਹ ਵੀ ਸਾਨੂੰ ਪਤਾ ਉਹ ਵੀ ਕਿੰਨੇ ਜਿਹੜੇ ਹੈਗੇ ਨੇ ਕ੍ਰਿਮੀਨਲ ਕਹਿ ਕੇ ਗੈਂਗਸਟਰ ਕਹਿ ਕੇ ਘਰਾਂ ਦੇ ਮੁੰਡੇ ਮਾਰ ਰਹੀ ਆ ਸੋ ਦੋਸਤੋ ਤੁਹਾਨੂੰ ਵੀ ਨਹੀਂ ਪਤਾ ਹੈਗਾ ਵੀ ਤੁਹਾਡਾ ਆਂਢੀ ਗੁਆਂਢੀ ਤੁਹਾਡੇ ਮਹੱਲੇ ਸ਼ਹਿਰ ਪਿੰਡ ਦਾ ਵੀ ਕੋਈ ਐ ਮੁੰਡਾ ਚੱਕ ਕੇ ਮਾਰ ਦਿੱਤਾ ਜਾਵੇ ਕਦੇ ਉਹਨੂੰ ਖੜਕੂ ਕਹ ਕੇ ਮਾਰਿਆ ਜਾਂਦਾ ਸੀ ਕਦੇ ਉਹਨਾਂ ਨੂੰ ਗੈਂਗਸਟਰ ਕਹਿ ਕੇ ਮਾਰ ਦਿੱਤਾ ਜਾਵੇ ਸੋ ਦੋਸਤੋ ਇਹ ਜਿਹੜੇ ਖਿਆਲ ਸੀਗੇ ਸਵਾਲ ਸੀਗੇ ਬਿਲਕੁਲ ਮੰਨ ਚ ਕੀ ਟਾਈਮ ਤੋਂ ਚੱਲ ਰਹੇ ਸੀ ਕਿਉਂਕਿ ਸਾਨੂੰ ਕਮੈਂਟ ਵੀ ਬੜੇ ਆਉਂਦੇ ਸੀਗੇ ਲੋਕੀ ਸਾਨੂੰ ਬਾਰ-ਬਾਰ ਇਹ ਜੀ ਕਹਿੰਦੇ ਸੀ ਵੀ ਤੁਸੀਂ ਪੰਜਾਬ ਦਾ ਬਗੜਾ ਕਰਤਾ ਜੀ ਪੰਜਾਬ ਨੂੰ ਖਾਲੀ ਕਰਤਾ ਜੀ ਪੰਜਾਬ ਨੂੰ ਐ ਕਰਤਾ ਜੀ ਪੰਜਾਬ ਨੂੰ ਉਹ ਕਰਤਾ ਜੀ ਪੰਜਾਬ ਨੂੰ ਕੁਝ ਨਹੀਂ ਹੋਣਾ ਦੋਸਤੋ ਪੰਜਾਬ ਤਾਂ ਵਸਦੇ ਗੁਰਾਂ ਦੇ ਨਾਮ ਤੇ ਆ ਤੇ ਜਿਹੜੀ ਚੜ੍ਹਦੀ ਕਲਾ ਹੀ ਰਹਿਣੀ ਆ ਪੰਜਾਬ ਦੇ ਹਰ ਇੱਕ ਪੰਜਾਬੀ ਨੂੰ ਹਰ ਇੱਕ ਪਰਿਵਾਰ ਨੂੰ ਆਪਣਾ ਇੱਕ ਬੱਚਾ ਜਾਂ ਬੱਚੀ ਜ਼ਰੂਰ ਬਾਹਰ ਭੇਜਣੀ ਚਾਹੀਦੀ ਹੈ ਤਾਂ ਕਿ ਉਹ ਤਕੜਾ ਹੋ ਕੇ ਸਿੱਖਿਆ ਨਾਲ ਜੁੜ ਕੇ ਪੰਜਾਬ ਮੁੜੇ ਤੇ ਪੰਜਾਬ ਦਾ ਫਲਾ ਕਰ ਸਕੀ ਪੰਜਾਬ ਦਾ ਦੋਸਤੋ ਵਿਕਾਸ ਕਰ ਸਕੀ ਇਕੱਠੇ ਮਿਲ ਕੇ ਜਿਹੜਾ ਕਿ ਪੰਜਾਬ ਦੇ ਵਿੱਚ ਰਹਿ ਕੇ ਸ਼ਾਇਦ ਮੇਰੇ ਹਿਸਾਬ ਨਾਲ ਪਰ ਨਹੀਂ ਕਰ ਸਕਦੇ ਥੈਂਕ ਯੂ ਸੋ ਮਚ